ਉਹ ਮੂਡ ਤੁਸੀਂ ਹੱਸਣ ਵਾਲਾ ਬਣਾਓ। ਹੈਲੋ, ਇੱਕ ਤਾਂ ਕੀ ਕੀਤਾ ਜਾਵੇ ਜ਼ਿਮੀਂਦਾਰਾਂ ਨੂੰ, ਵਿਚਾਰਿਆਂ ਨੂੰ ਰੱਬ ਵੱਲੋਂ ਵੀ ਮਾਰ ਪੈਂਦੀ ਹੈ ਜ਼ਿਮੀਂਦਾਰਾਂ ਨੂੰ। ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਹੈ ਨਾ, ਪਹਿਲਾਂ ਲੋਕ ਸੰਤੀ ਕਪਾਹਾਂ ਬੀਜਦੇ ਹੁੰਦੇ, ਮੱਕੀਆਂ ਬੀਜਦੇ। ਅੱਛਾ, ਜਦ ਛੱਲੀਆਂ ਲੱਗ ਜਾਣੀਆਂ ਉਦੋਂ ਮੀਂਹ ਨੇਰੀ ਆਉਣੀ, ਲੱਕ ਤੋੜ ਦੇਣੇ ਮੱਕੀ ਹੁੰਦੇ। ਕਪਾਹ ਜਦੋਂ ਬੀਜਦੇ ਸੀ ਲੋਕ, ਮੀਂਹ ਨੇਰੀ ਆਉਣੀ, ਸਾਰੀ ਕਪਾਹ ਥੱਲੇ। ਹੁਣ ਝੋਨਾ ਲਾਉਣ ਲੱਗੇ ਹੋਏ ਲੋਕ, ਕੀ ਕੀਤਾ ਜਾਵੇ ਬਾਹਲਾ ਮਹਿੰਗਾਈ ਵਾਲਾ। ਮੇਰਾ ਤਾਂ ਕੰਮ ਉੱਦਾਂ ਹੀ ਖਰਾਬ ਹੋਇਆ। ਕੀ ਹੋ ਗਿਆ? ਸੌਖਾ ਸੁੱਖ ਨਹੀਂ ਸੰਤੀ, ਇਹ ਕੰਮ ਜ਼ਿਆਦਾ ਖਰਾਬ ਹੋ ਗਿਆ। ਢਿੱਲਾ ਜਿਹਾ ਕਿਉਂ ਅੱਜ? ਢਿੱਲੇ ਹੀ ਹੋਣਾ, ਅੱਗੇ ਤੜਕੇ ਲਾ ਲਾ ਕੇ ਰੋਟੀ ਖਾਂਦੇ ਸੀ। ਹੁਣ ਕੀ ਹੋ ਗਿਆ? ਹੁਣ ਕਦੇ ਮਿਰਚ ਨਾ ਖਾ ਲਈ, ਕਦੇ ਗੰਢੇ ਨਾ ਖਾ ਲਈ, ਕਦੇ ਨਿੰਬੂ ਨਾ ਖਾ ਲਈ, ਕਦੇ ਅੰਬ ਨਾਲ ਖਾ ਲਈ, ਕਦੇ ਭੁੱਖੇ ਦੇ ਲਈ। ਕੰਮ ਬਹੁਤ ਜ਼ਿਆਦਾ ਸੈਡ ਹੋ ਗਿਆ। ਹਾਏ ਹਾਏ, ਇਹੋ ਜਿਹਾ ਕੀ ਲੋੜਾ ਆ ਗਿਆ ਅਮਲੀਆ? ਹੋਇਆ ਕੀ ਆ? ਮੁਰਗੀ ਮਰ ਗਈ ਸੰਤੀ, ਮੁਰਗੀ ਮਰ ਗਈ। ਜਾਵੇ ਅਮਲੀਆ, ਮੈਂ ਤਾਂ ਡਰ ਹੀ ਗਈ ਸੀ। ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ, ਸਵੇਰ ਦਾ ਢਿੱਲਾ ਹੋਇਆ ਫਿਰਦਾ। ਉਹ ਮੁਰਗੀ ਮਰੀ, ਕੁਛ ਹੋਰ ਤਾਂ ਨਹੀਂ ਹੋਇਆ? ਐਵੇਂ ਨਹੀਂ ਉਦਾਸ ਹੋਈਦਾ ਹੁੰਦਾ। ਗੱਲ ਸੁਣ ਲਾ, ਸਾਡਾ ਬੁੜਾ ਮਰ ਗਿਆ ਸੀ, ਅਸੀਂ ਤਾਂ ਨਹੀਂ ਇੰਨਾ ਅਫਸੋਸ ਕੀਤਾ। ਤੁਹਾਡਾ ਬੁੜਾ ਅੰਡੇ ਨਹੀਂ ਨਾ ਦਿੰਦਾ ਸੀ? ਗੱਲਾਂ ਮਾਰਦੀ ਹੈ, ਤੰਗ ਕਰਦੀ ਹੈ, ਤੰਗ ਨਹੀਂ ਕਰਦੀ। ਤੂੰ ਨਾ ਚੰਗਾ ਬੋਲੀ। ਉਹ ਮੈਂ ਪਹਿਲਾਂ ਡੁਗੇ, ਸਾਡਾ ਅਮਲੀਆ ਦਾ ਇੰਨਾ ਕੀ ਕਾਰੋਬਾਰ ਹੋ ਗਿਆ, ਬੱਕਰੀ ਰੱਖ ਲਈ, ਮੁਰਗੀ ਰੱਖ ਨਾ। ਗੱਲ ਸੁਣੋ, ਹਾਂ, ਉਹ 4-5 ਦਿਨ ਹੋ ਗਏ ਤੁਹਾਡੇ ਘਰ ਕੋਲ ਜਿਹੜਾ ਬੋੜਾ ਖੂਹ ਆ, ਆਹੋ ਉੱਥੇ ਬੜਾ ਇਕੱਠ ਹੋਇਆ ਸੀ, ਕੀ ਗੱਲ ਹੋ ਗਈ? ਲੈ ਭਜਨੇ, ਬੋੜੇ ਖੂਹ ਦੀ ਗੱਲ ਸੁਣ ਲਾ। ਹਾਂ, ਅੱਜ ਤੋਂ 20 ਸਾਲ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਮਾਂ ਕਿਸੇ, ਇਹ ਮਾਇਆ ਫਿਰਦੀ ਤੁਰਦੀ ਠੀਕ ਰਹਿੰਦੀ ਹੈ ਇਲਾਕੇ। ਇੱਕ ਜਗ੍ਹਾ ਤਾਂ ਪਸ਼ੂ ਵੀ ਕਿੱਲੇ 'ਤੇ ਗੇੜੇ ਦੇਣ ਲੱਗ ਜਾਂਦਾ ਜੇ ਜ਼ਿਆਦਾ ਦੇਰ ਬੰਨਿਆ ਰਹੇ। ਇੱਕ ਜਗ੍ਹਾ ਪਾਣੀ ਖੜ ਜੇ ਮੁਸ਼ਕ ਜਾਂਦਾ, ਖੜ ਜਾਓ ਨਾ ਦੱਸੋ ਨਾ ਨਹੀਂ ਬੋਲਾਂਗੇ ਦੁਬਾਰਾ ਕਿਵੇਂ ਉੱਠੋਗੇ ਤੁਸੀਂ? ਵਾਹ ਵਾਹ ਵਾਹ। ਇੱਕ ਜਗ੍ਹਾ ਪਾਣੀ ਖੜ ਜੇ ਮੁਸ਼ਕ ਜਾਂਦਾ, ਇੱਕ ਜਗ੍ਹਾ ਨਬਜ਼ ਖੜ ਜੇ ਓਮ ਨਵੇਂ ਸ਼ਬਾਏ ਬੰਦਾ ਗਾਹਾਂ ਚਲੇ। ਬਾਕੀ ਮੈਂ ਤਾਂ ਮਾਇਆ ਨੂੰ ਘੱਟ ਹੀ ਹੱਥ ਲਾਉਣਾ। ਫਿਰ ਜੇ ਕਿਤੇ ਢੇਰੀ ਲੱਗ ਜੇ ਫਿਰ ਚਮਟੇ ਨਾਲ ਚੱਕ ਵੀ ਲਈਦੇ ਆ, ਜਿਉਂਦੇ ਵਸਦੇ ਰਹੋ। ਇੱਕ ਪਹਿਲਾਂ ਵੀ ਬਾਈ ਆਪਣਾ ਬਹੁਤ ਸਾਰਾ ਮਾਣ ਕਰਕੇ ਗਏ ਸੀ ਭਜਨਿਆ। ਸਾਡੇ ਵੀਰ ਬਜ਼ੁਰਗ ਕਹਿਣ ਤਾਂ ਉਹ ਮਾੜਾ, ਬਜ਼ੁਰਗ ਨਹੀਂ ਮੈਂ ਕਹਿੰਦਾ ਕਿ ਨਾ, ਜਿਉਂਦੇ ਵਸਦੇ ਰਹੋ। ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਮ ਬਖਸ਼ੇ, ਹਰ ਮੈਦਾਨ ਫਤਿਹ ਬਖਸ਼ੇ, ਤੰਦਰੁਸਤ ਨਾ। ਉਹ ਤੁਹਾਡੇ ਬੋੜੇ ਖੂਹ ਕੋਲੇ ਬੜਾ ਇਕੱਠ ਹੋਇਆ ਸੀ, ਕੀ ਗੱਲ ਹੋ ਗਈ? ਬੋੜੇ ਖੂਹ ਦੀ ਗੱਲ ਸੁਣ ਲਾ। ਅੱਜ ਤੋਂ 20 ਸਾਲ ਪਹਿਲਾਂ ਸਾਡੀ ਬੇਬੇ ਦੀ ਘੜੀ ਬੋੜੇ ਖੂਹ 'ਚ ਡਿੱਗ ਗਈ ਸੀ। ਅੱਛਾ, ਪਰਸੋਂ ਆਈ ਚਲਦੀ ਨਿਕਲੀ। ਚਲਦੀ ਨਿਕਲੀ? ਉਹ ਚਲਦੀ ਨਿਕਲ ਆਈ ਉਸੇ ਖੂਹ 'ਚ ਅੱਜ ਤੋਂ 20 ਸਾਲ ਪਹਿਲਾਂ ਸਾਡਾ ਬੁੜਾ ਡਿੱਗਿਆ ਸੀ। ਅੱਛਾ, ਪਰਸੋਂ ਨਿਕਲਿਆ, ਜਿਉਂਦਾ ਹੀ ਨਿਕਲਿਆ। ਜਿਉਂਦਾ ਹੀ? ਹਾਂ। ਭਲਾ ਤੁਹਾਡਾ ਬੁੜਾ 20 ਸਾਲ ਬੋੜੇ ਖੂਹ 'ਚ ਕੀ ਕਰਦਾ ਸੀ? ਤੁਹਾਡੀ ਬੁੜੀ ਦੀ ਘੜੀ ਨੂੰ ਚਾਬੀ ਦਿੰਦਾ ਸੀ। ਗੱਪ ਮਾਰ ਨੂੰ ਨਹੀਂ ਹਟਦੀ, ਗੱਪ ਮਾਰ ਨੂੰ ਨਹੀਂ ਹਟਦੀ। ਮੈਂ ਤੇ ਦੁਰਗਾ ਜੀ ਬਾਹਰਲੇ ਮੁਲਕ 'ਚ ਜਾ ਕੇ ਸਨ। ਹਾਏ ਹਾਏ ਹਾਏ, ਮੈਨੂੰ ਪਤਾ ਲੱਗਿਆ ਸੀ ਭਜਨਿਆ ਬੇ ਕੈਨੇਡਾ ਅਮਰੀਕਾ ਦੁਰਗੇ ਭਾਜੀ ਨੇ ਜਾਏ ਆ। ਮੇਰੀ ਮਾੜੀ ਕਿਸਮਤ, ਮੈਂ ਤਾਂ ਗਈ ਨਹੀਂ। ਲੈ ਜਾਗੇ? ਹਾਏ ਵੇ ਸੱਚੀ, ਅੱਜ ਜੇ ਮੈਂ ਤੈਨੂੰ ਚਮਕੌਰ ਸਾਹਿਬ ਲੈ ਆ। ਹਾਂ, ਆਈ ਜੇ ਤੈਨੂੰ ਕੋਈ ਸਾਈਕਲ ਜਿਹਾ ਚੰਗਾ ਮਿਲ ਗਿਆ ਤੈਨੂੰ ਕੈਨੇਡਾ ਅਮਰੀਕਾ ਲਿਜਾ ਸਕਣਾ। ਕਾਹਨੂੰ ਟਿੱਚਰਾਂ ਕਰੀ ਜਾਂਦਾ ਵੇ? ਦੱਸ ਤਾਂ ਸਹੀ ਜ਼ਰਾ, ਕਿਹੋ ਜਿਹਾ ਸ਼ਹਿਰ ਆ, ਕਿਹੋ ਜਿਹਾ ਮੁਲਕ ਹੈ ਭਜਨੇ ਕੈਨੇਡਾ? ਦੁਰਗਾ ਜੀ ਅੱਗੇ ਮੈਂ ਸਟੇਜਾਂ ਤੇ ਲੋਕਾਂ ਨੂੰ ਕਹਿੰਦਾ ਸੀ, ਹਾਂ ਬਈ ਅੱਜ ਤੋਂ 100 ਸਾਲ ਬਾਅਦ ਹਿੰਦੁਸਤਾਨ ਕੈਨੇਡਾ ਅਮਰੀਕਾ ਦੀ ਰੀਸ ਕਰ ਲਓ। ਆਹੋ, ਹੁਣ ਮੈਂ ਇਹ ਪੀਰ ਬਾਬਾ ਦੀ ਜਗ੍ਹਾ ਤੇ ਸਥਾਨ ਤੇ ਖੜ ਕੇ ਕਹਿੰਦਾ, ਕਦੇ ਕੈਨੇਡਾ ਅਮਰੀਕਾ ਦੀ ਰੀਸ ਕਰ ਹੀ ਨਹੀਂ ਸਕਦਾ ਹਿੰਦੁਸਤਾਨ। ਹੋਇਆ ਕੀ ਆ? ਯਾਰ ਜੋ ਗੱਲ ਕਰਦਾ ਸੱਚੀ ਕਰੂੰਗਾ। ਆਏ ਹਾਏ, ਲੋਕ ਸਰਕਾਰਾਂ ਨੂੰ ਰਾਜਮਾ ਟੈਕਸ ਦਿੰਦੇ। ਅੱਛਾ, ਫਿਰ ਗੋਰਿਆਂ ਨੇ ਲੋਕਾਂ ਦੀ ਫੈਸਿਲਿਟੀ ਵਾਸਤੇ ਕੋਈ ਕਸਰ ਨਹੀਂ ਛੱਡੀ। ਕਮਾਲ ਦੀ ਗੱਲ। ਮੈਂ ਕਿਹਾ ਮਲਾਈ ਵਰਗੀਆਂ ਸੜਕਾਂ ਵਿਛਾਈਆਂ ਪਈ, ਕਹਿੰਦੇ ਬਹੁਤ ਸੋਹਣੀਆਂ ਸੜਕਾਂ ਨੇ, ਬ੍ਰਿਜ ਤੇ ਬ੍ਰਿਜ ਜਾਲ ਵਿਛਾਏ ਪਏ, ਐਨੇ ਵੱਡੇ ਵੱਡੇ ਪੌਲੇ ਆ, ਚਾਰੇ ਪਾਸੇ ਗ੍ਰੀਨਰੀ ਗ੍ਰੀਨਰੀ, ਕਹਿੰਦੇ ਆਂਤਾਂ ਦੀ ਹਰਿਆਲੀ ਆ ਉੱਥੇ। ਮਜ਼ਾਲਕਾ ਭੋਰਾ, ਮਿੱਟੀ ਉੱਡ ਕੇ ਲੀੜਿਆਂ ਤੇ ਪੈ ਜੇ, ਜੁੱਤੀ ਟੁੱਟਣੀ ਟੁੱਟ ਜੂ, ਪਾਲਿਸ਼ ਕਰਾਉਣ ਦੀ ਲੋੜ ਨਹੀਂ ਪਈ। ਐਨਾ ਵਧੀਆ ਮੁਲਕ ਹੈ ਕੈਨੇਡਾ ਅਮਰੀਕਾ। ਪਰ ਸੰਤੀ, ਕੈਨੇਡਾ ਅਮਰੀਕਾ 'ਚ ਇੱਥੇ ਨਾਲ ਸਾਰਾ ਕੰਮ ਪੁੱਠਾ। ਪੁੱਠਾ ਕਿਹੜਾ ਹੁੰਦਾ? ਜਿਵੇਂ ਇੱਥੇ ਦਿਨ, ਆਹੋ ਉੱਥੇ ਰਾਤ, ਉੱਥੇ ਰਾਤ ਆ, ਇੱਥੇ ਸੁੱਚ ਥੱਲੇ ਨੂੰ ਆਉਣ ਹੁੰਦੀ ਆ, ਉੱਥੇ ਤਾਹਾਂ ਨੂੰ। ਅੱਛਾ, ਇੱਥੇ ਲੋਕ ਸੜਕ ਦੇ ਖੱਬੇ ਪਾਸੇ ਚੱਲਦੇ ਆ, ਉੱਥੇ ਸੱਜੇ ਪਾਸੇ ਚੱਲਦੇ, ਸੱਜੇ ਪਾਸੇ ਡਰਾਈਵਿੰਗ ਕਰਦੇ ਆ। ਇੱਥੇ ਕਾਫੀ ਸਾਰੀ ਬੇਈਮਾਨੀ ਆ, ਉੱਥੇ ਕਾਫੀ ਸਾਰੀ ਇਮਾਨਦਾਰੀ ਆ। ਇੱਥੇ ਕਾਫੀ ਸਾਰੇ ਲੋਕ ਵਿਹਲੇ ਰਹਿੰਦੇ ਆ, ਉੱਥੇ ਸਾਰੇ ਬੰਦੇ ਕੰਮ ਕਰਦੇ। ਕੰਮ ਕਰਨਾ ਪੈਂਦਾ ਪੈਂਦਾ ਭਜਨੇ, ਕੈਨੇਡਾ ਦੀ ਇੱਕ ਸਭ ਤੋਂ ਵਧੀਆ ਗੱਲ ਦੱਸਦੇ। ਕੈਨੇਡਾ ਅਮਰੀਕਾ 'ਚ ਸਭ ਤੋਂ ਵਧੀਆ ਗੱਲ ਇਹ ਆ ਵੀ ਮੋਢਾ ਆਪ ਮਾਰੋ, ਸੌਰੀ ਅਗਲੀ ਕਹਿੰਦੀ ਆ।
ਹਾਏ ਹਾਏ ਬਾਲਾ ਵਧੀਆ ਬੜਾ ਸੋਹਣਾ ਆ ਮੈਨੂੰ ਤਾਂ ਪਹਿਲੀ ਵਾਰੀ ਜਦੋਂ ਮੈਂ ਗਿਆ ਮੈਂ ਪ੍ਰੋਬਲਮ ਮੈਨੂੰ ਆ ਗਈ ਸੀ ਕਿਉਂ ਕੀ ਹੋਇਆ ਤੈਨੂੰ ਪਤਾ ਮੈਂ ਕਾਰਡ ਲਾਉਂਦਾ ਸੀ ਇੱਥੇ ਮੇਰੇ ਕਲਾਸ ਫੈਲੋ ਬੈਠੇ ਹੋਣੇ ਬਹੁਤ ਸਾਰੇ ਮਰ ਜਾਣੇ ਤੂੰ ਨਹੀਂ ਸੁਧਰਦਾ ਕਾਰ ਆਹੋ ਕਲਾਸ ਫੈਲੋ ਉਹ ਕਲਾਸ ਫੈਲੋ ਕਾਲਜ ਚ ਪੜਨ ਵਾਲੇ ਨਹੀਂ ਹਾਂ ਕਾਰਡ ਲਾਉਣ ਵਾਲੇ ਦੀ ਗੱਲ ਕਰਦਾ ਜੇ ਕਾਰਡ ਲਾਉਂਦੇ ਤੇ ਤੇਰੇ ਫਟੇ ਮੂੰਹ ਤੇਰੇ ਵੈਸੇ ਚੰਗੀ ਗੱਲ ਹੈ ਇਸ ਇਲਾਕੇ ਚ ਕਾਰਡ ਘੱਟ ਆ ਭੁੱਕੀ ਪੱਕੀ ਘੱਟ ਲਾਉਂਦੇ ਸਾਨੂੰ ਕਾਰਡ ਲਾਉਣਾ ਕਹਿੰਦੇ ਜਿਹੜਾ ਨਾ ਉਹ ਜਦੋਂ ਮੈਂ ਪਹਿਲਾਂ ਪਹਿਲਾਂ ਗਿਆ ਨਾ ਦੁਰਗਾ ਭਾਜੀ ਹਾਂ ਤੇ ਮੈਂ ਸਮਾਨ ਆਪਣਾ ਲੈ ਲਿਆ ਸੀ ਅਮਲੀ ਬੰਦੇ ਕੋਲੇ ਸਮਾਨ ਵਾਧੂ ਹੋਣਾ ਚਾਹੀਦਾ ਅਸੀਂ ਤਾਂ ਜਦੋਂ ਹਫ਼ਤੇ ਦਾ ਸਮਾਨ ਮੁੱਕਣ ਤੇ ਆ ਜਾਂਦਾ ਨਾ ਉਦੋਂ ਹੀ ਸਾਨੂੰ ਧੁੜਤਰੀ ਆਉਣ ਲੱਗ ਜਾਂਦੇ ਵੀ ਹੈ ਇੰਨੇ ਦਿਨ ਤਾਂ ਹੀ ਰਹਿ ਗਏ ਹਾਏ ਹਾਏ ਗੀਜੇ 'ਚ ਮੇਰੇ ਭਰਿਆ ਹੋਇਆ ਅੱਛਾ ਉਹ ਮੈਨੂੰ ਪ੍ਰਮੋਟਰ ਕਹਿੰਦਾ ਬਈ ਤੈਨੂੰ ਹੋਟਲ 'ਚ ਜਾ ਕੇ ਰਹਿਣਾ ਪੈਣਾ ਹੋਟਲ 'ਚ ਹਾਂ ਅੱਛਾ ਮੈਂ ਹੋਟਲ 'ਚ ਗਿਆ ਉਹਨਾਂ ਨੇ ਕਿਹਾ ਪਾਣੀ ਦੀ ਬੋਤਲ ਚੱਕ ਲਈ ਹਾਂ ਉਹ ਜਿਹੜਾ ਕਾਊਂਟਰ ਤੇ ਹੋਟਲ ਦਾ ਮਾਲਕ ਸੀ ਹਾਂ ਉਹਨੇ ਮੈਨੂੰ ਕਾਰਡ ਫੜਾਤਾ ਕਾਰਡ ਕਹਿੰਦਾ ਬਈ 101 ਨੰਬਰ ਕਮਰੇ ਦੇ ਮੂਹਰੇ ਜਾ ਕੇ ਕਾਰਡ ਲਾ ਲਈ ਦਰਵਾਜ਼ਾ ਖੁੱਲ ਜੂ ਅੱਛਾ ਮੈਂ ਕਿਹਾ ਇਹਨਾਂ ਨੂੰ ਇਹ ਵੀ ਪਤਾ ਵੀ ਭੋਜਨਾਵਲੀ ਕਾਰਡ ਲਾਉਂਦਾ ਮੈਂ ਕਿਹਾ ਆ ਤਾਂ ਉਹੀ ਸੋਨੇ ਤੇ ਸਾਗੇ ਵਾਲੀ ਗੱਲ ਹੋਈ ਹਾਂ ਮੈਂ ਜਾਣਦੀ ਇਹ ਪਾਣੀ ਮੇਰੇ ਕੋਲ ਸੀ 101 ਕਮਰੇ ਦੇ ਮੂਹਰੇ ਗਿਆ ਮੈਂ ਸਮਾਨ ਕੱਢਿਆ ਕਾਰਡ ਲਾਇਆ ਥੋੜਾ ਚਿਰ ਵੇਟ ਕੀਤੀ ਦਰਵਾਜ਼ਾ ਖੁੱਲਿਆ ਨੀ ਹਾਏ ਹਾਏ ਮੈਂ ਉਹਨਾਂ ਕੋਲ ਮੁੜ ਕੇ ਮੈਂ ਕਿਹਾ ਦਰਵਾਜ਼ਾ ਖੁੱਲਿਆ ਨੀ ਕਹਿੰਦੇ ਕਾਰਡ ਲਾਇਆ ਸੀ ਮੈਂ ਕਿਹਾ ਆਓ ਕਹਿੰਦੇ ਕਾਰਡ ਨਾਲ ਹੀ ਖੁੱਲਣਾ ਦੁਬਾਰਾ ਫੇਰ ਲਾ ਅੱਛਾ ਮੈਂ ਫੇਰ ਗਿਆ ਭਰ ਕੇ ਸਮਾਨ ਮੈਂ ਫੇਰ ਮਾਰਿਆ ਕਾਰਡ ਦਾ ਫੇਰ ਵੇਟ ਕੀਤੀ ਦਰਵਾਜ਼ਾ ਖੁੱਲ੍ਹਾ ਨਹੀਂ ਫੇਰ ਕੀ ਖੁੱਲ੍ਹਣਾ ਸੀ ਉਹ ਮੈਂ ਕਿਹਾ ਤੁਸੀਂ ਮੈਨੂੰ ਬੇਵਕੂਫ ਸਮਝਦੇ ਹੋ ਦਰਵਾਜ਼ਾ ਖੁੱਲ੍ਹਾ ਨਹੀਂ ਕਹਿੰਦੇ ਯਾਰ ਕਾਰਡ ਨਾਲ ਹੀ ਖੁੱਲ੍ਹਣਾ ਬਾਰ ਬਾਰ ਲਾ ਤੈਂ ਕੀ ਕੀਤਾ ਤੀਜੀ ਵਾਰੀ ਮੈਂ ਗਿਆ ਕਮਰੇ ਦੇ ਮੂਹਰੇ ਮੈਂ ਭਰ ਕੇ ਜਿੰਨਾ ਸਮਾਨ ਸੀ ਸਾਰਾ ਕਾਰਡ ਮਾਰਿਆ ਅੰਦਰ ਫੇਰ ਦਰਵਾਜ਼ਾ ਖੁੱਲ੍ਹੇ ਉਹ ਕੀ ਖੁੱਲ੍ਹਣਾ ਸੀ ਆ ਗਿਆ ਮੈਂ ਕਿਹਾ ਗੱਲ ਸੁਣੋ ਏ ਤੁਸੀਂ ਮੈਨੂੰ ਬੇਵਕੂਫ ਸਮਝਦੇ ਹੋ ਮੇਰਾ ਮੈਂ ਪੈਸੇ ਫੜ ਲਾ ਪੈਸੇ ਬਿਲਕੁਲ ਕੋਲ ਨਾ ਕਰਨਾ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਮ ਬਖਸ਼ੇ ਹਰ ਮੈਦਾਨ ਫਤਿਹ ਬਖਸ਼ੇ ਮਾਲਕ ਖੁਸ਼ੀਆਂ ਬਖਸ਼ੇ ਸੱਚੇ ਪਾਤਸ਼ਾਹ 100 ਗੁਣਾ ਕਰਕੇ ਮੋੜੇ ਇਹ ਜਿਹੜੀ ਮਾਇਆ ਵਾ ਬਹੁਤ ਜ਼ਰੂਰਤ ਫਿਰ ਉਹ ਵਿੱਚ ਗੱਲ ਆ ਜਾਂਦੀ ਵੀ ਮੈਂ ਕਰਦਾ ਮੈਂ ਕੁਛ ਨਹੀਂ ਕਰਦਾ ਮੈਂ ਤਾਂ ਆਪਣੇ ਸਵਾਸ ਵੀ ਨਹੀਂ ਲੈ ਸਕਦਾ ਲੋਕੋ ਅਗਲੇ ਕਹਿੰਦਾ ਕਿ ਮੈਂ ਕਰਦਾ ਮੈਂ ਨਹੀਂ ਕਰਦਾ ਹੈ ਮੈਂ ਸਾਲ ਬਾਅਦ ਜ਼ਰੂਰਤਮੰਦ ਬੇਟੀਆਂ ਦੀਆਂ ਸ਼ਾਦੀਆਂ ਕਰਦਾ ਵਾਂ ਤੁਹਾਡੇ ਅਰਗੇ ਵੀਰਾਂ NRI ਵੀਰਾਂ ਦੇ ਸਦਕਾ ਪਿਆਰ ਦਾ ਸਦਕਾ ਇਹ 16-17 ਸਾਲ ਹੋ ਗਏ ਖੈਰ ਮੈਂ ਜਦੋਂ ਸੰਤੀ ਉਹਨਾਂ ਕੋਲ ਕਿ ਮੈਂ ਕਿਹਾ ਗੱਲ ਤੁਸੀਂ ਬੇਵਕੂਫ ਸਮਝਦੇ ਹੋ ਹਾਂ ਮੈਂ ਕਿਹਾ ਮੈਂ ਤੁਹਾਡਾ ਕਾਰਡ ਦਿੱਤਾ ਉਹ ਵੀ ਬਿੰਗਾ ਹੋ ਗਿਆ ਤੇ ਮੇਰਾ ਸਮਾਨ ਵੀ ਸਾਰਾ ਮੁੱਕ ਗਿਆ ਦਰਵਾਜ਼ਾ ਖੁੱਲਿਆ ਨਹੀਂ ਦਰਵਾਜ਼ਾ ਫੇਰ ਨਹੀਂ ਖੁੱਲਿਆ ਕਹਿੰਦੇ ਕਾਰਡ ਕਿੱਥੇ ਲਾਉਂਦਾ ਸੀ ਮੈਂ ਕਿਹਾ ਕਾਰਡ ਕਿੱਥੇ ਲਾਈਦਾ ਮੂੰਹ 'ਚ ਲਾਉਂਦਾ ਸੀ ਹਾਏ ਹਾਏ ਉਹ ਕਹਿੰਦਾ ਦਰਵਾਜ਼ੇ ਦੇ ਵਿੱਚ ਲਾਉਣਾ ਸੀ ਤਾਂ ਮੈਨੂੰ ਪ੍ਰੋਬਲਮ ਆਈ ਸੀ ਹੱਦ ਹੋ ਗਈ ਭਜਨਿਆ ਤੇਰੀ ਜਿਵੇਂ ਗੱਲ ਕਰਕੇ ਹਟਿਆ ਕਹਿੰਦੇ ਬਾਹਰਲੇ ਮੁਲਕ ਦੀ ਕੋਈ ਰੀਸ ਨਹੀਂ ਕਹਿੰਦੇ ਹਰ ਕੋਈ ਬੰਦਾ ਕੰਮ ਕਰਦਾ ਹਾਂ ਬਿਨਾ ਕੰਮ ਤੋਂ ਭਾਈ ਉੱਥੇ ਗੁਜ਼ਾਰਾ ਨਹੀਂ ਹੁੰਦਾ ਨਹੀਂ ਜਿਵੇਂ ਪਰਿਵਾਰ ਦੇ ਇੱਕ ਬੰਦਾ ਕੰਮ ਕਰਦਾ ਬਾਕੀ ਸਾਰਾ ਟੱਬਰ ਇੱਥੇ ਵਿਹਲਾ ਬੈ ਕੇ ਖਾਂਦਾ ਉੱਥੇ ਹਰ ਇੱਕ ਨੂੰ ਕੰਮ ਕਰਨਾ ਪੈਂਦਾ ਤੂੰ 2-2.5 ਮਹੀਨੇ ਕੈਨੇਡਾ ਲਾ ਕੇ ਆਇਆ ਤੇਰਾ ਵਿਹਲੇ ਦਾ ਗੁਜ਼ਾਰਾ ਕਿੱਦਾਂ ਹੋਇਆ ਉਹ ਯਾਰ ਉੱਥੇ ਵਿਹਲਾ ਬੰਦਾ ਕੋਈ ਮਿਲਦਾ ਹੀ ਨਹੀਂ ਹਾਂ ਇੱਥੇ ਤਾਂ ਪਿੰਡ 'ਚ ਜੇ ਕਿਤੇ ਕੋਈ ਬੰਦਾ ਟਰਾਲੀ ਬਹਿ ਕੇ ਲਾਉਂਦਾ ਉਹਨਾਂ 15-20 ਊਂ ਇਕੱਠੇ ਆਉਣ ਦੇ ਆ ਜਾ ਇੱਧਰੋਂ ਲੈ ਆ ਜਾ ਇੱਧਰੋਂ ਲੈ ਆ ਅੱਛਾ ਜੇ ਕਹਿੰਦਾ ਮੌਲਾ ਵਾਲਾ ਦਾ ਠਾਉਣਾ 25-30 ਬੰਦੇ ਇੱਧਰੋਂ ਚੱਕ ਪਿੱਛੋਂ ਜੇ JCB ਮਸ਼ੀਨ ਆ ਜੇ 20-25 ਬੰਦੇ ਉੱਥੇ ਇਕੱਠੇ ਹੋ ਜਾਂਦੇ ਯਾਰ ਉੱਥੇ ਤਾਂ ਬੰਦਾ ਦੀਦੇ ਹੀ ਨਹੀਂ ਹੱਦ ਕਰਤੀ ਮੈਂ ਤਾਂ ਫਿਰ ਉੱਥੇ ਸਵੀਟ ਸ਼ਾਪ ਕਰ ਲਈ ਸੀ ਸਵੀਟ ਸ਼ਾਪ ਕਾਦੀ ਆ ਦੁਰਗਾ ਭਾਜੀ ਹੋਰੀ ਭੈਣ ਜੀ ਹੋਰੀ ਵੀ ਆਏ ਸੀ ਦੁਕਾਨ ਤੇ ਅੱਛਾ ਜਲੇਬੀਆਂ ਦੀ ਦੁਕਾਨ ਆ ਕਮਾਲ ਕਰਤੀ ਅਮਲੀਆ ਮੈਂ ਕਿਹਾ ਨਾਲੇ ਸਾਡੇ ਪੰਜਾਬੀ ਮਾਈ ਭਾਈ ਜਲੇਬੀਆਂ ਨੂੰ ਸਵਾਦ ਨਾ ਖਾਂਦੇ ਇਹਦੇ 'ਚ ਕੋਈ ਸ਼ੱਕ ਨਹੀਂ ਅਮਲੀਆ ਮੈਂ ਕਿਹਾ ਨਾਲੇ ਜਲੇਬੀਆਂ ਖਾ ਕੇ ਇਹਨਾਂ ਨੂੰ ਸਾਡੇ ਪੰਜਾਬ ਦੀ ਯਾਦ ਆਉਂਦੀ ਰਹੀ ਅੱਛਾ ਮੇਰਾ ਸੋਹਣਾ ਕੰਮ ਚੱਲ ਪਿਆ ਹਾਂ ਪਹਿਲੇ ਦਿਨ ਇੱਕ ਗੋਰਾ ਆਇਆ ਕੱਠੀਆਂ ਹੀ 15 ਕਿਲੋ ਜਲੇਬੀਆਂ ਤਲਾ ਕੇ ਲੈ ਤੇਰੀ ਚੰਗੀ ਦਿਹਾੜੀ ਪੈ ਗਈ ਅਮਲੀਆ ਉਹਨੇ ਪੈਰੀ ਗੋਰਾ ਵਾਪਸ ਮੁੜਿਆ ਕੀ ਗੱਲ ਐਡਾ ਵੱਡਾ ਬਾਲ ਫੜੀ ਆਵੇ ਜਲੇਬੀਆਂ 'ਚ ਨਿਕਲਿਆ ਅੱਛਾ ਮੈਨੂੰ ਕਹਿੰਦਾ ਵਟ ਇਜ਼ ਦਿਸ ਹਾਂ ਕਹਿੰਦਾ ਮੈਂ ਤੇਰੇ ਤੇ ਕਲੇਮ ਕਰ ਦੂੰ ਤੇਰੀ ਦੁਕਾਨ ਕਰਾ ਦੂੰ ਬੰਦ ਵੇ ਅਮਲੀਆ ਤੈਂ ਕੀ ਕਿਹਾ ਗੋਰੇ ਨੂੰ ਕਿਵੇਂ ਖੇੜਾ ਛੜਾਇਆ ਐ ਭਜਨ ਅਮਲੀ ਕਿਤੇ ਪੈਰਾਂ ਤੇ ਪਾਣੀ ਪੈਣ ਦਿੰਦਾ ਨਾ ਨਾ ਉਹ ਮੈਂ ਕਿਹਾ ਗੋਰਾ ਜੀ ਇਹ ਬਾਲ ਨੇ ਵੇ ਹੋਰ ਕੀ ਆ ਇਹ ਤਾਂ ਸਾਡੀ ਕੰਪਨੀ ਦਾ ਟ੍ਰੇਡਮਾਰਕ ਆ ਮਿੱਠੀਆਂ ਗੋਲੀਆਂ ਦੇ ਕੇ ਤੋੜਤਾ ਮਹੀਨੇ ਬਾਅਦ ਉਹੀ ਗੋਰਾ ਫੇਰ ਆ ਗਿਆ ਪਾਈਆ ਜਲੇਬੀਆਂ ਤਲਾ ਕੇ ਲੈ ਅੱਛਾ ਉਹਨੇ ਪੈਰੀ ਫੇਰ ਵਾਪਸ ਮੁੜੇ ਹੁਣ ਕੀ ਹੋ ਗਿਆ ਮੈਨੂੰ ਕਹਿੰਦੇ ਜੀ ਐਤਕੀ ਜਲੇਬੀਆਂ ਤੁਸੀਂ ਮੈਨੂੰ ਨਕਲੀ ਦੇਤੀਆਂ ਹਾਂ ਮੈਂ ਕਿਹਾ ਜੀ ਕੀ ਗੱਲ ਹੋ ਗਈ ਆਹੋ ਕਹਿੰਦੇ ਜੀ ਐਤਕੀ ਤੁਹਾਡੀਆਂ ਜਲੇਬੀਆਂ ਚੋਂ ਤੁਹਾਡੀ ਕੰਪਨੀ ਦਾ ਟ੍ਰੇਡਮਾਰਕ ਹੀ ਨਹੀਂ ਨਿਕਲਿਆ ਵੇ ਅਮਲੀਆ ਹੁਣ ਕਿੱਦਾਂ ਖਹਿੜਾ ਛੜਾਇਆ ਮੈਂ ਕਿਹਾ ਬੱਲੇ ਉਹ ਗੋਰਿਆ ਮੈਂ ਕਿਹਾ ਜੇ ਪਾਈਆ ਜਲੇਬੀਆਂ 'ਚ ਅਸੀਂ ਕੰਪਨੀ ਦਾ ਟ੍ਰੇਡਮਾਰਕ ਪਾਉਣ ਲੱਗ ਗਏ ਇਸ ਤਾਂ ਹਫ਼ਤੇ 'ਚ ਸਾਰਾ ਟੱਬਰ ਗੰਜੇ ਹੋ ਜਾਗੇ ਹੈ ਮੇਰੇ ਲਈ ਪਹਿਲਾਂ ਦੱਸ ਕੀ ਲੈ ਕੇ ਆਇਆ ਉਹ ਤੇਰੇ ਲਈ ਖਾਲੀ ਹੱਥੀ ਆ ਗਿਆ ਤੇਰੇ ਲਈ ਲੈ ਕੇ ਆਉਣਾ ਸੀ ਸੰਤੀ ਮੇਰੀ ਨਾ ਤੁਹਾਡੀ ਬਜਟ ਦੇ ਵਿੱਚ ਪ੍ਰੋਬਲਮ ਜੀ ਆ ਮਰ ਜਾਣਿਆ
मेरी बारी हुण तेरे बजट च प्रॉब्लम आण लग गई वे खाली हथी आ गया कनेडा तो कानून संती मैं दुकान च बड़िया मैं है तेरे वास्ते कार सुरखी बॉर्डर ले चिगड़े च काफी समान हुंदा बीबीआं हाय वे ले लवा हां मैं दुकान च जी ऑर्डर मारने लग्या सी हां ऐडा गोरा काला आया हां ਮੈਨੂੰ ਪਿੱਛੇ ਜੇ ਕਰਕੇ ਪਹਿਲੇ ਦੁਕਾਨਦਾਰ ਨੂੰ ਆਰਡਰ ਮਾਰ ਕੀ ਕਹਿੰਦਾ ਪਲੀਜ਼ ਗਿਵ ਮੀ 700 ਰੁਪਏ ਹਾਏ ਹਾਏ 7 ਕੱਛੇ ਮੈਂ ਕਿਹਾ ਹੱਦ ਕਰਤੀ ਯਾਰ ਇਹ ਕਿੱਲਾ ਕਿਹੜਾ ਬੰਦਾ ਇਹਨੇ 7 ਕੱਛੇ ਕਰਦੇ ਕੀ ਆ ਭਜਨਿਆ ਸੋਚਣ ਵਾਲੀ ਗੱਲ ਆ ਉਹ ਮੈਂ ਗੋਰੇ ਦੀ ਬਾਹ ਫੜ ਕੇ ਗਲੇ ਜੀ ਚੁਣ ਲਈ ਹਾਂ ਇਹ ਮੈਂ ਕਿਹਾ ਗੋਰਾ ਜੀ ਇਹ ਤੁਸੀਂ 700 ਰੁਪਏ ਕੀ ਕਰਦੇ ਗੋਰਾ ਕੀ ਕਹਿੰਦਾ ਗੋਰਾ ਕਹਿੰਦਾ 1 ਫॉर ਸੰਡੇ 2 ਫॉर ਮੰਡੇ 3 ਫॉर ਟਿਊਜ਼ਡੇ 4 ਫॉर ਵੈਡਨਸਡੇ ਇਹਦਾ ਮਤਲਬ ਭਜਨਿਆ ਭਾਈ ਗੋਰੇ ਇੰਨੀ ਸਫਾਈ ਰੱਖਦੇ ਆ ਹਫਤੇ ਵਿੱਚ ਜਿੰਨੇ ਦਿਨ ਆਉਂਦੇ ਨੇ ਨਿਤ ਨਾਉਂਦੇ ਨੇ ਨਿਤ ਆਪਣੇ ਲੀੜੇ ਚੇਂਜ ਕਰਦੇ ਨੇ ਉਹ ਚੁੱਪ ਕਰ ਜਾ ਮਗਜ ਮਾਰੀ ਜਾਂਦੇ ਨੇ ਨਹਾਉਂਦੇ ਨੇ ਚੇਂਜ ਕਰਦੇ ਨੇ ਅਸੀਂ ਪੰਜਾਬੀ ਬੰਦੇ ਕਿਤੇ ਘੱਟ ਨਾ ਹੋਣੇ ਘੱਟ ਕੱਪੜੇ ਚੇਂਜ ਕਰਦੇ ਆ ਉਹ ਤਾਂ ਠੀਕ ਆ ਫਿਰ ਮੈਨੂੰ ਚੜ ਗਿਆ ਗੁੱਸਾ ਮੈਂ ਕਿਹਾ ਮੈਂ ਦਿਖਾਉਣਾ ਗੋਰੇ ਨੂੰ ਜਲਬ ਤੈਂ ਕੀ ਕੀਤਾ ਫਿਰ ਮੈਂ ਮਾਰਿਆ ਦੁਕਾਨਦਾਰ ਨੂੰ ਆਰਡਰ ਕੀ ਮੈਂ ਕਿਹਾ ਗੋਰਾ ਜੀ ਪਲੀਜ਼ ਗਿਵ ਮੀ 1200 ਰੁਪਏ ਮਰ ਜਾਣੇ ਆ 12 ਕੱਛੇ ਗੋਰਾ ਭਾਇ ਭੀਤ ਜਿਹਾ ਹੋ ਗਿਆ ਗੋਰਾ ਮੇਰੇ ਵੱਲੇ ਸਿੱਧਾ ਹੀ ਝਾਕਣ ਲੱਗ ਗਿਆ ਗੋਰਾ ਮੈਨੂੰ ਪੁੱਛ ਹੀ ਬੈਠ ਕੀ ਇਹ ਕਿੰਨੇ ਪੰਜਾਬੀ ਜੀ ਇਹ ਤੁਸੀਂ 12 ਕੱਛੇ ਕੀ ਕਰਨੇ ਦੇ ਤੈਂ ਕੀ ਕਿਹਾ ਮੈਂ ਕਿਹਾ 1 ਫॉर ਜਨਵਰੀ 2 ਫॉर ਫਰਵਰੀ 3 ਫॉर ਮਾਰਚ ਪਰੇ ਨੂੰ ਨਾ ਜਾ ਮੈਂ ਮੋਕ ਨਹੀਂ ਮਾਰਦਾ ਨੇੜੇ ਹੋ ਕੇ ਖੜੀ ਦਾ ਲਾ ਮਾਰਦੀ ਆ ਅੱਜ ਨਾ ਕੀ ਆਇਆ ਕੀ ਕਰ ਲੋ ਲੀੜੇ ਬਦਲੇ ਮਰ ਜੜੇ ਇੰਨਾ ਤੇਰੇ ਲੀੜਿਆਂ ਚੋਂ ਮੁਸ਼ਕਿਆਂ ਦਾ ਕਿਉਂ ਮੇਰੀ ਬੇਇੱਜ਼ਤੀ ਕਰਾ ਲਾ ਥਾਂ ਥਾਂ ਤੇ ਕੀ ਲੱਗੇ ਦੁਰਗਾ ਭਾਜੀ ਉਹਦੀ ਜੱਫੀ ਪਾ ਕੇ ਮਿਲ ਦਿੰਦੇ ਸੀ ਆ ਕੌਸ਼ਲ ਵੀ ਅੱਜ ਦੂਰੋਂ ਹੀ ਸਾਸੀ ਕਾਲਵਾ ਮੁੰਡਾ ਕਮਾਲਪੁਰੀ ਸੀਗਾ ਉਹ ਤੇਰੇ ਨੇੜੇ ਕਿਵੇਂ ਲੱਗਣ ਬਸ ਭਾਜੀ ਪਲੀਜ਼ ਬਹੁਤ ਹੋ ਗਏ ਪਲੀਜ਼ ਮਾਇਆ ਨੂੰ ਘੱਟ ਹੀ ਹੱਥ ਲਾਉਂਦਾ ਭਜਨਾ ਦੁਆਰਾ ਫੇਰ ਆਉਂਗੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਮ ਬਖਸ਼ੇ ਹਰ ਮਦਾਨ ਫਤਿਹ ਬਖਸ਼ੇ ਮੈਂ ਸੱਤੀ ਕੀ ਕਿਹਾ ਸੀਗਾ ਮੈਂ ਗੱਲ ਕਰਦੀ ਸੀ ਮੈਂ ਕਿਹਾ ਇੰਨਾ ਮੁਸ਼ਕਿਆਂ ਦਾ ਨਾਤਾ ਨਹੀਂ ਲੀੜੇ ਨਹੀਂ ਬਦਲੇ ਮੈਂ ਦੱਸਿਆ ਨਾ ਵੀ ਅੱਗੇ ਬੰਦੇ ਜੱਫੀ ਪਾ ਕੇ ਮਿਲਦੇ ਸੀ ਅੱਜ ਕੌਸਲ ਵੀ ਦੂਰੋਂ ਸਰ ਮੈਂ ਸੱਚ ਦੱਸ ਇਹ ਝੱਗਾ ਪਜਾਮਾ ਮੈਂ 7-8 ਵਾਰੀ ਧੋਤਾ ਅੱਛਾ ਥੋੜੀ ਅੰਡਰਗਾਰਮੈਂਟ ਥੋੜੀ ਪ੍ਰੋਬਲਮ ਹੋਏਗੀ ਮੈਂ ਤੁਹਾਨੂੰ ਦੱਸਦਾ ਅੱਜ ਤੋਂ 3 ਮਹੀਨੇ ਪਹਿਲਾਂ ਦੀ ਗੱਲ ਕੀ ਮੈਂ ਕਿਤੇ ਜੈਲਦਾਰਾਂ ਦੇ ਘਰੇ ਚਲੇ ਹਾਏ ਹਾਏ ਜੈਲਦਾਰਾਂ ਦੇ ਘਰੇ ਚਲ ਗਏ ਤੇ ਐਡੇ ਐਡੇ ਸ਼ੇਰਾਂ ਵਰਗੇ ਕੁੱਤੇ ਡਰਦਾ ਕੋਈ ਬੰਦਾ ਉਹਨਾਂ ਦੀ ਗਲੀ ਚ ਨਹੀਂ ਵੜਦਾ ਤੂੰ ਘਰੇ ਚਲ ਗਿਆ ਵੀ ਮਰਨਾ ਸੀ ਅਮਲੀਆ ਕੁੱਤਿਆਂ ਤੋਂ ਪੱਕੀ ਗੱਲ ਆ ਸੰਤੇ ਕੱਟਿਆਂ ਜੱਡੇ ਜੱਡੇ ਕੁੱਤੇ ਕਿਹੜੀ ਪੂਛ ਵੱਡੀ ਕਿਹਦਾ ਕੰਨ ਵੱਡਿਆ ਕੋਈ ਲੰਡੂ ਕੋ ਫੰਡੂ ਕੋ ਪਨੀਰ ਕੋ ਡਾਵਰ ਉਹ ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਕੁੱਤਿਆਂ ਨੂੰ ਤਿੱਤਰ ਬਟੇਰੇ ਖਰੌੜੇ ਕੁੱਤਿਆਂ ਵਾਸਤੇ ਗਰਮੀਆਂ 'ਚ ਏਸੀ ਲਾਇਆ ਹੋਇਆ ਅੱਛਾ ਬੁੜਾ ਬੁੜੀ ਉਹਨਾਂ ਵਾਲੇ ਨੀਰੇ ਵਾਲੇ ਮੰਜਾ ਡਾਇਆ ਕੁੱਤੇ ਜਵਾਕਾਂ ਦਾ ਮੂੰਹ ਚੱਟੀ ਜਾਂਦੇ 4-5 ਰਜਾਈਆਂ 'ਚ ਤੁਰੇ ਫਿਰਦੇ 3-4 ਕਿਚਨ 'ਚ ਤੁਰੇ ਫਿਰਦੇ ਨੇੜੇ ਹੀ ਗੱਲ ਮਕਾਲਾ ਕਰਨ ਕੀ ਗਿਆ ਸੀ ਸੰਤੀ ਜਦੋਂ ਮੈਂ ਉਹਨਾਂ ਦੇ ਘਰੇ ਗਿਆ ਨਾ ਹਾਂ ਖੜ ਜਾ ਕਮਾਲਪੁਰੀ ਤੋਂ ਵੀ ਫੜ ਲਈਏ ਜਿਉਂਦਾ ਰਾਜੂ ਕਮਾਲਪੁਰੀ ਪਿਆਰਾ ਗਾਇਕ ਗਾ ਕੇ ਗਏ ਸੀ ਲਾਲ ਕਮਲ ਸਾਡੇ ਵੀਰ ਉਹਨਾਂ ਦਾ ਵੀ ਜ਼ਿਕਰ ਕਰਦਾ ਜਦੋਂ ਆਉਣਗੇ ਤਾਂ ਫੇਰ ਹੀ ਜ਼ਿਕਰ ਕਰੂੰਗਾ ਹੱਦ ਕਰੀ ਜਾਂਦੇ ਤੂੰ ਵੀ ਤੈਨੂੰ ਪਹਿਲਾਂ ਹੀ ਹਾਂ ਤੇ ਸੰਤੀ 3-4 ਜਾਈਆਂ ਚ ਤੁਰੇ ਬਸ 4-5 ਕਿਚਨ ਤੁਰੇ ਨੇੜੇ ਗੱਲ ਮਕਾਲਾ ਕਰਨ ਕੀ ਗਿਆ ਸੀ ਸੰਤੀ ਜਦੋਂ ਮੈਂ ਉਹਨਾਂ ਦੇ ਘਰੇ ਗਿਆ ਨਾ ਹਾਂ ਵੀ ਉਹਨਾਂ ਦਾ ਇੱਕ ਕੁੱਤਾ ਖੁੱਲ ਗਿਆ ਵੇ ਕੁੱਤਾ ਖੁੱਲ ਗਿਆ ਕੱਟੇ ਜਿੱਡਾ ਕੁੱਤਾ ਮੈਂ ਮੂਰੇ ਮਗਰ ਕੁੱਤਾ ਉਧਰੋਂ ਉਹਨਾਂ ਦੀ ਬੁੜੀ ਚਾਂਗਾ ਮਾਰ ਉਹ ਕੀ ਕਹੇ ਵੇ ਭਜਣਿਆ ਮਰ ਜਾਣਿਆ ਭਜਣਾ ਵੇ ਤੈਨੂੰ ਪਾੜ ਕੇ ਰੱਖ ਦੂ ਵੇ ਭਜਣਾ ਵੇ ਇੱਥੇ ਹੀ ਬਹਿ ਜਾ ਵੇ ਇੱਥੇ ਹੀ ਬਹਿ ਜਾ ਮੈਂ ਸੰਤੀ ਇਹ ਕੰਧ ਦੇ ਨਾਲ ਨਾ ਹਾਂ ਐ ਮੁੱਢ ਜਾ ਬਣ ਕੇ ਬਹਿ ਗਿਆ ਵੇ ਚੰਗਾ ਕੀਤਾ ਬਹਿ ਗਿਆ ਤੇਰੀ ਜਾਨ ਬਚ ਗਈ ਚੰਗਾ ਕੀ ਸਵਾਹ ਕੀਤਾ ਹਾਂ ਫਿਰ ਇਹਦੇ ਨਾਲ ਐਡਾ ਢੀਠ ਕੁੱਤਾ ਦੇ ਘਰ ਲੱਤ ਚਾ ਕੇ ਮੇਰੇ ਤੇ ਸੂਸੂ ਕਰ ਲਾ ਤੇਰੀ ਉਹ ਨਾ ਮੈਂ ਹਿੱਲਣ ਜੋਗਾ ਨਾ ਮੈਂ ਬੋਲਣ ਜੋਗਾ ਨਾ ਮੈਂ ਕੁਸਕਣ ਜੋਗਾ ਕੁੱਤਾ ਵੀ ਸਹੁਰਾ ਜ ਮੈਂ ਬੀਅਰ ਪੀ ਕੇ ਆਇਆ ਹੁੰਦਾ ਹਟੇ ਹੀ ਨਾ ਰੇਜੇ ਲਾ ਤੇ ਪਤਾ ਨਹੀਂ ਕਿੱਥੋਂ ਦੀ ਘਰਾਲਾਂ ਬਗੀਆਂ ਉਧਰੋਂ ਉਹਨਾਂ ਦੀ ਬੁੜੀ ਮੇਰੇ ਮੂਹਰੇ ਹੱਥ ਬੰਨੀ ਖੜੀ ਉਹ ਕੀ ਕਹੇ ਹਿੱਲੀ ਨਾ ਭਜਣੇ ਕਿਉਂ ਮਹੀਨੇ ਕਦਾ ਇਹਦੇ ਬੰਨ ਪਿਆ ਸੀ ਸੁੱਖ ਨਾਲ ਜੀ ਖੁੱਲਿਆ ਹੁਣ ਇਹਨੂੰ ਆਪਦਾ ਸਾਰਾ ਕਾਰੋਬਾਰ ਕਰ ਲੈਣ ਦੇ ਫੇਰ ਜਿੱਥੇ ਜਾਣਾ ਤਾਂ ਨਾ ਉਦਣ ਦੀ ਥੋੜ੍ਹੀ ਪ੍ਰੋਬਲਮ ਬਾਈ ਜੀ ਨਾ ਭਿੰਦਰ ਬਾਈ ਜੀ ਹੋਰਾਂ ਨੇ ਪ੍ਰੋਗਰਾਮ ਕਰਵਾਇਆ ਸੀ ਭਿੰਦਰ ਬਾਈ ਜੀ ਹੋਰੀ ਕੈਨੇਡਾ ਵਾਲੇ ਇਹ ਕੀ ਗੱਲ ਕੈਨੇਡਾ ਤੋਂ ਇਹ ਨੋਟ ਛੋਟਾ ਕੀ ਗੱਲ ਕੋਈ ਜੀਐਸਟੀ ਲੱਗ ਗਈ ਆ ਚਲੋ ਸੱਚੀ ਬਾਤ ਹੈ ਇਹੀ ਲੱਖ ਰਗਾ ਵਾ ਡਾਲਰ ਕਮਾਉਣੇ ਬਹੁਤ ਔਖੇ ਆ ਸੱਜਣ ਉੱਥੇ ਮੈਨੂੰ ਦੁਰਗਾ ਜੀ ਟਾਈਮ ਦੱਸ ਦਿਓ ਕਿੰਨਾ ਕੁ ਲਾਉਣਾ
हाँ मैं उस हिसाब ना कोई यह जी तो है नहीं गल कमालपुरी मुरा राजू लाल कमल जी हरी बड़े सुलझे हुए म्यूजिक डायरेक्टर बड़े कलाकार उन्होंने मार्केट च लिया ये कोई शक नहीं है तेल हाँ। अपने सिर उत्ते किवें कंध ते थला थले लाई बैठे है किन्ने प्यारे सज्जना सच्चे है बालकोनी च देख लो साडे वीर बैठे है कहिंदे ये सच्ची गल है तुसीं मेरी जिंद जान हो हाँ। 40 साल हो गए मैनूं आ कम कर दे 40 साल ये तो उदो जम्मी भी नहीं सी मैं तो जवाकड़ी हाँ बाकी होर आए हाए बड़िया मुंदियाँ पा पा वखाना मैनू मर जाने इन्नी महंगाई हो गई इन्ना सोना महंगा हो गया तू इन ढह जाने मुंदियाँ कितों पवाइया सच दस ये सच्ची दसदा तेन ये बचोलपने चो आईया से पर मैं काम बंद करता फिर मेरा ना मन मन एक तो लोग कुड़िया नु जमण नहीं दंदे भजने आ अजकल भ्रूण हत्या बहुत वध गई दस दिना लोको जे मां बाप नु प्यार करदी आ तां सब तो वध बेटी कर एदे च कोई शक नहीं एक बेटा नलायक जम पवे सारे खानदान दियां लत्तां तहां कर दो फिर मां कहंदी एदे नाल तां कुड़ी जम पैंदी हां अजकल कुड़ी नु कोई कुत्ते नोची जा रहे कोई रेलवे लाइना तो पई मिलदी है बहुत मार विचो पई मिलदी बहुत माड़ा हाल है भजने खास करके पंजाब दे विच आने वाले दिनां च कुड़ियां घटी जांदियां मुंडे वधी जांदे मुंडियां नूं रिश्ते होने औखे हो जाने कहना की जानना तेरे कोल ही गल हां मैं मैरिज ब्यूरो खोल लिया अच्छा कुड़ियां मुंडियां दे रिश्ते करवाण लग गया कल्ला मैरिज ब्यूरो ने 2-in-1 नाल हलवाई पुणे दा भी काम शुरू करता अच्छा हर बंदा चाहुंदा एक दुकान तो मैनूं सौदा मिल जाए गाहां ना जाना पवे ओ तां ठीक है किसी कुड़ी दा ਕਿਸੇ ਮੁੰਡੇ ਦਾ ਕੋਈ ਰਿਸ਼ਤਾ ਵੀ ਕਰਾਇਆ ਕੋ ਵਿਆਹ ਵੀ ਸਿਰੇ ਚੜਿਆ ਆ ਪਵਨ ਹੀ ਸੀਗਾ ਬਚੋਲਾ ਹਾਏ ਹਾਏ ਪਵਨ ਆ ਉਦੋਂ ਹੀ ਪੰਗਾ ਪਏ ਕੀ ਗੱਲ ਉਹ ਕੁੜੀ ਵਾਲੇ ਕਹਿੰਦੇ ਭਜਨਿਆ ਗੱਲ ਸੁਣ ਲੈ ਇੱਕ ਤਾਂ ਸਾਡੀ ਬਰਾਤ ਆਉਣੀ ਆ ਦੂਰੋਂ ਅੱਛਾ ਇੱਕ ਬੇਟ ਜੇ ਦੇ ਲੱਕ ਦੇ ਬੰਦੇ ਆ ਘਰ ਦੀ ਦਾਰੂ ਦੂਰੂ ਪੀਣ ਦੇ ਆਦੀ ਆ ਹਾਂ ਉਹਨਾਂ ਵਾਸਤੇ ਪਕੌੜੇ ਥੋੜੇ ਜਿਹੇ ਕਰਾਰੇ ਬਣਾ ਦੀ ਸਵਾਦ ਬਣਾ ਦੀ ਇਹਦੇ ਮੈਨੂੰ ਕਿਸੇ ਟਾਈਮ ਦੱਸਿਆ ਸੀ ਕੀ ਕਹਿੰਦਾ ਭਜਨਿਆ ਜੇ ਕੋਈ ਚੀਜ਼ ਕਰਾਰੀ ਬਣਾਉਣੀ ਹੋਵੇ ਨਾ ਤਾਂ ਉਹਦੇ ਵਿੱਚ ਮਿੱਠਾ ਸੋਡਾ ਪਾ ਦੇਈਦਾ ਉਹ ਚੀਜ਼ ਕਰਾਰੀ ਹੋ ਜਾਂਦੀ ਉਹ ਕਾਹਨੂੰ ਇਹਨੇ ਤਾਂ ਮੇਰੇ ਨਾਲ ਟਿਚਰ ਕੀਤੀ ਟੈਂ ਕੀ ਕੀਤਾ ਮੈਂ ਨਸ਼ੇ ਦੀ ਬਾਤ ਘਾਟ 'ਚ ਸੱਚ ਮੰਨ ਗਿਆ ਅੱਛਾ ਮੈਂ ਸੰਤੀਏ ਪਕੌੜਿਆਂ ਦੇ ਆਟੇ 'ਚ ਚੱਕ ਕੇ ਥੱਬਾ ਸਾਰਾ ਮਿੱਠਾ ਸੋਡਾ ਮਾਰ ਹਾਂ ਇੱਕ ਤਾਂ ਬਰਾਤੀ ਦੂਰ ਹੋਏ ਆਹੋ ਦੂਜਾ ਸੀ ਭੁੱਖੇ ਤੀਜਾ ਪਕੌੜੇ ਕਰਾਰੇ ਬਣ ਗਏ ਹੋਇਆ ਕੀ ਉਹਨਾਂ ਨੇ ਤਾਂ ਆਉਂਦੇ ਪਕੌੜਿਆਂ ਤੇ ਗੋਡੀਆਂ ਲਾਤੀ ਸਾਰੇ ਰਗੜ ਗਏ ਖਾਣਾ ਹੀ ਨਾ ਹਟਣਾ ਇੰਨੇ ਸਵਾਦ ਬਣੇ ਉਧਰੋਂ ਭਾਈ ਜੀ ਸਪੀਕਰ 'ਚ ਬਾਜਾਂ ਮਾਰੀ ਜਾਵੇ ਹਾਂ ਉਹ ਭਾਈ ਬਰਾਤ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਲੇਟ ਆ ਐ ਕਰੋ ਵਿਆਹ ਵਾਲੇ ਕਾਕੇ ਨੂੰ ਲੈ ਕੇ ਬਰਾਤੀ ਫਟਾਫਟ ਆਨੰਦ ਕਾਰਜਾਂ ਤੇ ਪਹੁੰਚੋ ਤੇ ਬਰਾਤੀ ਬਰਾਤੀ ਸਾਰੇ ਡੱਬੇ ਚੱਕੀ ਬਾਣਾ 'ਚ ਤੁਰੇ ਫਿਰਨ ਲੂਜ ਮੋਸ਼ਨ ਲੱਗ ਗਏ ਐਸੇ ਮੋਸ਼ਨ ਲੱਗੇ ਸੰਤੇ ਮੋਸ਼ਨ ਬੰਦ ਰਹੋ ਫੇਰ ਭਜਨੇ ਆ ਮੈਂ ਕਿਹਾ ਵੀ ਆ ਤਾਂ ਪੁੱਠਾ ਪੰਗਾ ਲੈ ਲੈ ਆਹੋ ਫੇਰ ਤੈਨੂੰ ਪਤਾ ਸੰਤੇ ਲਵੇਰੇ ਵਾਲੇ ਘਰਾਂ ਦੇ ਭਾਂਡਾ ਚੁੱਤਨ ਦੇ ਆਈ ਕਾ ਨੂੰ ਜਾਂਦੀ ਮੈਂ ਗੀਜੇ 'ਚ ਡੂੰਘਾ ਜਿਹਾ ਹੱਥ ਰੱਖ ਕੇ ਮਾਰਿਆ ਕਿਤੇ ਖੂਨ ਜੇ 'ਚ ਕਾਲੀ ਗੋਲੀ ਲੱਗੀ ਪਈ ਉਹ ਕਾਹਦੇ ਲਈ ਮੈਂ ਕਿਹਾ ਵਿਆਹ ਵਾਲੇ ਮੁੰਡੇ ਨੂੰ ਦਈਏ ਉਹਦੇ ਮਾੜਾ ਮੋਟਾ ਬੰਨ ਜਿਆ ਪਵੇ ਕੰਮ ਚੱਲਦਾ ਤਾਂ ਹੋਵੇ ਹੁਣ ਤੂੰ ਕੁਛ ਤਾਂ ਕਰਨਾ ਹੀ ਸੀ ਗਾਹਾਂ ਸੁਣ ਲਾ ਹਾਂ ਬਰਾਤੀ ਰੋਟੀ ਖਾ ਕੇ ਵਿਹਲੇ ਬੈਠੇ ਮੈਂ ਨਸ਼ੇ ਦੀ ਬਾਤ ਘਾੜ ਸਵੀਟਸ਼ ਬਣਾਉਣਾ ਭੁੱਲ ਗਿਆ ਕਮਲਿਆ ਬਰਾਤੀਆਂ ਦਾ ਮੂੰਹ ਮਿੱਠਾ ਕਰਾਉਣ ਲਈ ਲੱਡੂ ਗੁਲਾਬ ਜਾਮਣਾ ਰਸਗੁੱਲੇ ਕੁਛ ਨਾ ਬਣਾਇਆ ਫਿਰ ਮੇਰੇ ਦਿਮਾਗ ਨੇ ਕੰਮ ਕੀਤਾ ਮੈਂ ਕਿਹਾ ਬਈ ਦੇਸੀ ਕੰਮ ਸਹੀ ਮੈਂ ਸੰਤੀ ਇਹ ਫਟਾਫਟ ਕੜਾ ਬਣਾਤਾ ਚੱਲ ਕੜਾਈ ਸਹੀ ਆਪਾਂ ਤਾਂ ਭਾਈ ਮੂੰਹੇ ਮਿੱਠਾ ਕਰਾਣਾ ਪੰਗਾ ਫੇਰ ਪੈ ਗਿਆ ਹੁਣ ਕੀ ਹੋ ਗਿਆ ਬਰਾਤੀ ਰੋਟੀ ਖਾ ਕੇ ਪੈਰਾਂ ਭਾਰ ਹੋਏ ਬੈਠੇ ਕੜਾ ਠੰਡਾ ਨਾ ਹੋਵੇ ਠੰਡਾ ਨਾ ਹੋਵੇ ਪਿੰਡ ਵਾਲੀਆਂ ਬੀਬੀਆਂ ਨੇ ਆਪਣੀ ਮਕੈਨਿਕੀ ਕੋਲ ਬੀਬੀਆਂ ਨੇ ਕੀ ਕੀਤਾ ਨਾ ਕਿਸੇ ਨੂੰ ਪੁੱਛਿਆ ਨਾ ਕਿਸੇ ਨੂੰ ਦੱਸਿਆ ਇਹਨਾਂ ਨੇ ਕਿ ਟੁੱਟਿਆ ਜਾਂ ਚਿੱਬਿਆ ਜਾਂ ਪੀਪਾ ਲੈ ਲਿਆ ਮੈਨੂੰ ਲੱਗਦਾ ਕੁਛ ਮਹਿਮਾਨ ਆ ਗਏ ਮੈਨੂੰ ਜੋਕ ਵਿੱਚ ਕਿਉਂਕਿ ਫਿਰ ਧੂੜ 'ਚ ਟੱਟੂ ਰਲਾਉਣ ਵਾਲੀ ਗੱਲ ਉਹ ਰਲਾਉਣੀ ਨਹੀਂ ਮੈਂ